ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਜੋ ਤੁਸੀਂ ਵੀ ਸੁਣ ਰਹੇ ਹੋ ਤੇ ਮੈਂ ਵੀ ਸੁਣ ਰਿਹਾ ਉਹਦਾ ਜਿਹੜਾ ਛਿੱਟਾ ਨਿਕਲੇਗਾ ਉਹਦੀ ਅੜੀਕ ਵਿੱਚ ਰਹੋ ਤੇ ਇਹ ਘਬਰਾਵੋ ਨਾ ਵੀ ਫਲਾਨਾ ਲਿਟ ਨਾ ਜਾਵੇ ਫਲਾਨਾ ਬਹਿ ਨਾ ਜਾਵੇ ਫਲਾਨਾ ਸੌ ਨਾ ਜਾਵੇ ਜੇ ਕੋਈ ਲਿਟੇਗਾ ਬਹੇਗਾ ਸੌਣੇਗਾ ਇਹ ਸੌਣ ਵਾਲੇ ਆਪਾਂ 10-15 ਸੌਣ ਵਾਲੇ 2 ਕਰੋੜਾਂ ਖਾ ਲਾਂਗੇ ਫਿਰ ਉਹਦੇ ਤਿਆਰ ਪ੍ਰਚਾਰ ਰਹੋ ਤੇ ਆਪ ਸਰੀਜੀ ਨੇ ਦੂਜੇ ਚੱਕਰ ਸੁੱਟ ਜੇ ਫਲਾਨੇ ਨੇ ਆਹ ਕਰ ਦਿੱਤਾ ਦੂਜੇ ਨੇ ਮੇਰੇ 'ਤੇ ਆਹ ਕਹਿ ਦਿੱਤਾ ਇਹਨਾਂ ਚੀਜ਼ਾਂ ਦਾ ਤਿਆਗ ਕਰਕੇ ਇੱਕੋ ਇੱਕ ਕਰਕੇ ਤੇ ਕਰੋ ਕਿ ਅਸੀਂ 1947 ਵਿੱਚ ਟੋਪੀ ਤੇ ਜਨੇਊ ਨੂੰ ਯਾਦ ਕਰਵਾਇਆ ਹੁਣ ਅਸੀਂ ਆਪਣੀ ਪੱਗ ਯਾਦ ਕਰਾਉਣੀ ਤੇ ਗੁਲਾਮੀ ਦੇ ਥੱਲੇ ਨਹੀਂ ਰਹਿਣ ਦੇਣੀ ਇਹ ਚੇਤਾ ਰੱਖਣਾ ਪਰ ਇਹ ਤਾਂ ਪ੍ਰਵਾਸ ਸਕਾਂਗੇ ਪਹਿਲਾਂ ਗੁਰੂ ਵਾਲੇ ਬਣਾਂਗੇ ਨਿੱਤ ਪੰਕਤੀਆਂ ਪੜ੍ਹਦੇ ਰਾਜ ਕਰੇਗਾ ਖਾਲਸਾ ਹੁਣ ਵੀ ਪੜ੍ਹਨੀ ਜ਼ਬਰਦਸਤ ਹੋਈ ਰਾਜ ਕਰੇਗਾ ਖਾਲਸਾ ਆਕ ਹੀ ਰਹੇ ਨਾ ਕੋਏ ਤੇ ਜੇ ਪੁੱਛੀਏ ਭਾਈ ਕਿਰਪਾਨ ਬਾਬਾ ਜੀ ਉਹ ਤਾਂ ਕਦੇ ਪਾਈ ਨਹੀਂ ਤੇ ਜੇ ਕੁਝ ਥਾਵਾਂ ਤੇ ਪਸੰਦ ਦਾ ਫੇਰ ਜੋੜ ਚੱਲਣ ਲੱਗਾ ਤਾਂ ਮੈਂ ਫੋਟੋ ਉੱਥੇ ਰੱਖਿਆ ਸਵੇਰੇ ਛਿੰਦ ਲਿਆਉਂਗਾ ਸੰਤਾਂ ਰਹਿ ਕਰਕੇ ਵਿਖਾਵਾਂਗੇ ਉਹ ਬੜਾ ਦੁੱਖ ਹੋਇਆ ਉਹ ਇੱਕ ਨਰਕ ਧਾਰੀ ਮਸਾਂ ਕਿਤੇ ਕਿਸੇ ਨੇ ਮਕਾਇਆ ਜਿਹੜਾ ਮੁੰਡਾ ਬੈਠਾ ਗਾ ਉਹ ਤਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਸਮਾਂ ਆਉਣਾ ਤੇ ਕਿਸ ਤਰ੍ਹਾਂ ਸਿੱਖਾਂ ਨੇ ਗੁਜ਼ਰਨੀ ਹੈ ਇੱਕ ਨਵਾਂ ਨਰਕ ਧਾਰੀਆ ਕੋਈ ਬਹਿ ਗਿਆ ਆਪਣੇ ਘਰ ਵਾਲੀ ਕੋਲ ਵਿਖਾਈ ਹੈ ਇੱਕ ਪਾਸੇ ਕਹਿੰਦਾ ਮੈਂ ਅੰਮ੍ਰਿਤ ਛਕਾਉਂਦਾ ਮੈਂ ਸਿੰਘ ਸਜਾਉਂਦਾ ਤੇ ਉਹ ਪਤਾ ਨਹੀਂ ਕਿੱਥੋਂ ਕੋਈ ਆ ਲਗੜ ਜਿਹਾ ਜਿਹੜਾ ਚਿੜੀਆਂ ਬਟੇਰਿਆਂ ਨੂੰ ਫੜਦਾ ਉਹ ਲਿਆ ਕੇ ਪਕੜ ਕੇ ਆਪਣੇ ਘਰ ਵਾਲੀ ਦੇ ਸਿਰ ਤੇ ਬਿਠਾ ਦਿੱਤਾ ਤੇ ਕੋਲ ਆਪ ਬੈਠਾ ਤੇ ਕਹਿੰਦਾ ਮੈਂ ਹੀ ਬਾਜਾਂ ਵਾਲਾ ਕਿਉਂਕਿ ਮੇਰੇ ਘਰ ਵਾਲੀ ਦੇ ਸਿਰ ਤੇ ਬਾਜ ਬੈਠਾ ਅੱਗੇ ਬਾਜਾਂ ਵਾਲਾ ਵੀ ਹੱਥ ਤੇ ਪੈਂਦੇ ਸੀ ਹੁਣ ਕਹਿੰਦੇ ਘਰ ਵਾਲੀ ਜਿਹੜੀ ਆ ਉਹ ਨੀਚੋਂ ਦੇ ਕੇ ਬਹਿਣ ਲੱਗ ਗਏ ਇਹ ਦੁੱਖ ਦੀ ਗੱਲ ਆ ਹੱਥ ਵਾਲੀ ਗੱਲ ਨਹੀਂ ਸਿੰਘੋ ਕੁਝ ਸੋਚੋ ਕੀ ਹੋ ਰਿਹਾ ਸਾਡੇ ਨਾਲ ਗੌਰਮੈਂਟ ਕਰਵਾ ਕੀ ਰਹੀ ਹੈ ਗਾਤਰੇ ਕਿਰਪਾਨਾਂ ਪਵਾ ਕੇ ਤੇ ਸ਼ਹਿਰੇ ਪਵਾ ਕੇ ਆਪਣੇ ਉੱਤੇ ਬਟੂਤੀਏ ਪੈਦਾ ਕਰਕੇ ਤੇ ਮੁੜ ਕੇ ਆਪਣੇ ਆਪ ਨੂੰ ਬਾਜਾਂ ਵਾਲਾ ਖਵਾਵੇ ਪੁੱਤਰਾਂ ਦੇ ਦਾਨੀ ਤੋਂ ਬਿਨਾਂ ਜੁਰਤ ਕਿਵੇਂ ਪਵੇ ਪੰਜਾਬ ਦੇ ਕਿਸੇ ਦੀ ਬਾਜਾਂ ਵਾਲਾ ਖਾਣ ਦੀ ਤੁਸੀਂ ਹੱਥ ਪੈਂ ਚੁੱਪ ਕਰਕੇ ਤੇ ਗੱਲ ਸੁਣ ਕੇ ਟਾਂਗੀ ਘਰ ਤੋਂ ਬਿਨਾਂ ਜੁਰਤ ਹੈ ਕਿਹਦੀ ਬਾਜਾਂ ਵਾਲਾ ਖਾਣ ਦੀ ਘਰ ਵਾਲੀ ਦੇ ਸਿਰ ਤੇ ਬਿਠਾ ਦਿੱਤਾ ਕਹਿੰਦੀ ਮੈਂ ਬਾਜਾਂ ਵਾਲਾ ਹੈ ਉਹਨਾਂ ਲੋਕਾਂ ਤੋਂ ਬਚਣਾ ਨਾ ਮੈਂ ਅੱਜ ਪਾਣੀ ਲਿਆ ਜੇ ਸੰਤਾਂ ਨੇ ਰਹਿ ਨਹੀਂ ਸੀ ਕਰ ਸਕਿਆ ਉਹਨਾਂ ਨਾਲ ਵਿਚਾਰ ਕਰਕੇ ਤੇ ਤੁਹਾਡੇ ਸਾਹਮਣੇ ਤਸਵੀਰ ਰੱਖਣ ਕੱਲ੍ਹ ਨੂੰ ਫੋਟੋ ਵੀ ਲਿਆ ਕੇ ਦੇਵਾਂਗਾ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਹੈ ਜਿਵੇਂ ਜਿਵੇਂ ਗੌਰਮੈਂਟ ਨਾਲ ਟੱਕਰ ਹੈ ਤਿਵੇਂ ਤਿਵੇਂ ਉਹਨਾਂ ਦੇ ਜਿਹੜੇ ਪਾਲਤੂ ਹੈ ਇਹ ਧਾਰੀ ਪਖੰਡੀ ਪੈਦਾ ਹੋ ਰਹੇ ਹੈ ਉਹਨਾਂ ਵੱਲ ਵੀ ਨਿਗਰਾਨੀ ਰੱਖਣੀ ਪਵੇਗੀ ਤਾਂ ਪੱਗ ਤੇ ਸ੍ਰੀ ਸਾਹਿਬ ਦੀ ਰੱਖਿਆ ਹੋ ਸਕੇਗੀ ਨਹੀਂ ਤਾਂ ਨਹੀਂ ਹੋ ਸਕਣੀ ਤੇ ਆਪ ਸ੍ਰੀ ਦੀ ਪਿਆਰ ਪ੍ਰਚਾਰ ਆਪ ਸ੍ਰੀ ਦੀ ਮਿਲ ਕੇ ਰਹੋ ਤੇ ਗੌਰਮੈਂਟ ਨਾਲ ਪਿਆਰ ਪ੍ਰਚਾਰ ਢਿੱਲ ਨਹੀਂ ਕਿਸੇ ਪ੍ਰਕਾਰ ਦੀ ਕਰਨੀ ਜਿਹੜਾ ਢਿੱਲ ਕਰੇਗਾ ਤੇ ਜਾਂ ਗਦਾਰੀ ਦਾ ਕੰਮ ਕਰੇਗਾ ਗੁਰੂ ਦਾ ਦੇਣਦਾਰ ਹੋਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਦੇ ਚਰਨਾਂ 'ਚ ਨਮਸਕਾਰ ਕਰਕੇ ਸਾਨੂੰ ਬਲ ਬਖਸ਼ੋ ਜਿਵੇਂ ਚਮਕੌਰ ਦੀ ਗਲੀ 'ਚੋਂ ਇੱਕ ਇੱਕ ਨੂੰ ਕੱਢ ਕੇ 1.25 ਲੱਖ ਦੇ ਡੱਕਰੇ ਕਰਵਾਏ ਹੈ ਇਹੋ ਜਿਹਾ ਉਹ ਮਕਸਦ ਜਿਸਦਾ ਤੇਰੇ ਘਰ ਦੀ ਤੇਰੇ ਦਰ ਦੀ ਕੋਟ ਤੇ ਆਸਰਾ ਲੈ ਕੇ ਤੇਰੀ ਬਖਸ਼ੀ ਹੋਈ ਸਿੱਖੀ ਨੂੰ ਅਸੀਂ ਪੂਰ ਦ੍ਰਿੜਤਾ ਦੇ ਨਾਲ ਪਾ ਸਕੀਏ ਇਹ ਸਾਡੇ 'ਤੇ ਕਿਰਪਾ ਕਰੋ ਇੰਨੀ ਬੇਨਤੀ ਕਰਦਾ ਖਿਮਾ ਮੰਗਦਾ ਹਾਂ।